ਸ਼ਹਿਰ ਤਰਨਤਾਰਨ ਵਿਖੇ ਸਥਿਤ ਅਕਾਲ ਡੇਰਾ ਸਾਹਿਬ ਵਿਖੇ ਸੰਪੂਰਨ ਮਹਾਪੁਰਸ਼ ਸੰਤ ਬਾਬਾ ਜਗਤਾਰ ਸਿੰਘ ਜੀ ਨੇ ਲੰਮਾ ਸਮਾਂ ਤਪ ਕਰਕੇ ਇਲਾਕੇ ਭਰ ਦੀਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ, ਜਿੱਥੇ ਆਪ ਜੀ ਗੁਰੂ ਰੰਗ ਵਿੱਚ ਪੂਰੀ ਤਰ੍ਹਾਂ ਰੰਗੇ ਹੋਏ ਸਨ। ਉੱਥੇ ਹੀ ਆਪ ਜੀ ਪਾਸ ਆਈਆਂ ਸੰਗਤਾਂ ਵੀ ਸੰਤ ਬਾਬਾ ਜਗਤਾਰ ਸਿੰਘ ਜੀ ਦੀ ਕੋਸ਼ਿਸ਼ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ ਗੁਰੂ ਘਰ ਨਾਲ ਜੁੜੀਆਂ। ਸੰਤ ਬਾਬਾ ਜਗਤਾਰ ਸਿੰਘ ਜੀ ਅੱਜ ਭਾਵੇਂ ਸਾਡੇ ਵਿਚਕਾਰ ਦੇ ਕਰਕੇ ਨਹੀਂ ਹਨ, ਪਰ ਅੱਜ ਵੀ ਜੋ ਕੋਈ ਵੀ ਅਕਾਲ ਡੇਰਾ ਸਾਹਿਬ ਵਿਖੇ ਸੱਚੇ ਮਨੋ ਅਰਦਾਸ ਬੇਨਤੀ ਕਰਦਾ ਹੈ ਤਾਂ ਸੰਤ ਬਾਬਾ ਜਗਤਾਰ ਸਿੰਘ ਜੀ ਉਸਦੀ ਅਰਦਾਸ ਬੇਨਤੀ ਨੂੰ ਸੁਣਦੇ ਹਨ। ਇਸ ਸਥਾਨ ਉੱਪਰ ਸੰਤ ਬਾਬਾ ਜਗਤਾਰ ਸਿੰਘ ਜੀ ਦੀ ਬਰਸੀ ਹਰ ਸਾਲ 13 ਅਪ੍ਰੈਲ ਨੂੰ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਜੀ ਦੀ ਅਗਵਾਈ ਹੇਠ ਬੀਬੀ ਪਰਮਜੀਤ ਕੌਰ ਖਾਲਸਾ ਜੀ ਦੇ ਆਸ਼ੀਰਵਾਦ ਨਾਲ ਸਮੂਹ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਨਾਲ ਮਨਾਈ ਜਾਂਦੀ ਹੈ। ਪਿਛਲੇ ਦਿਨੀ ਵੀ ਸਮੂਹ ਸੰਗਤਾਂ ਵੱਲੋਂ ਸੰਤ ਬਾਬਾ ਜਗਤਾਰ ਸਿੰਘ ਜੀ ਦੀ 15ਵੀਂ ਬਰਸੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ, ਜਿਸ ਵਿੱਚ ਸਭ ਤੋਂ ਪਹਿਲਾਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬਾਂ ਜੀ ਦੇ ਭੋਗ ਪਾਏ ਗਏ। ਇਸ ਮੌਕੇ ਆਈਆਂ ਸੰਗਤਾਂ ਨੇ ਚਾਹ ਪਕੌੜਿਆਂ ਦਾ ਲੰਗਰ ਛਕਦਿਆਂ ਇਸ ਸਾਲਾਨਾ ਬਰਸੀ ਵਿੱਚ ਹਾਜ਼ਰੀ ਭਰੀ। ਉਪਰੰਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਹਰ ਖੁੱਲੇ ਪੰਡਾਲਾਂ ਵੀ ਸੁਸ਼ੋਭਿਤ ਕੀਤਾ ਗਿਆ ਅਤੇ ਹੁਕਮਨਾਮਾ ਸਾਹਿਬ ਸਰਵਣ ਕਰਦਿਆਂ ਹੋਇਆਂ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅਲੱਗ ਅਲੱਗ ਕੀਰਤਨੀ ਜਥਿਆਂ, ਕਥਾਵਾਚਕਾਂ, ਰਾਗੀ ਢਾਡੀ ਜਥਿਆਂ, ਕਵੀਸ਼ਰੀ ਜਥਿਆਂ ਨੇ ਪੁੱਜ ਕੇ ਆਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਸਤਿਗੁਰੂ ਜੀਂਦਨੀ ਦੇ ਮਾਲਕ, ਖੰਡਾਂ ਬ੍ਰਹਿਮੰਡਾਂ ਦੇ ਵਿੱਚ ਪ੍ਰਕਾਸ਼ਮਾਨ ਸਤਿਗੁਰੂ, ਡੁੱਬਦਿਆਂ ਦੇ ਵੇਲੇ ਪਾਲ ਲਾਉਣ ਵਾਲੇ ਤੇ ਗਰੀਬਾਂ ਨੂੰ ਗਲੇ ਦੇ ਨਾਲ ਲਗਾਉਣ ਵਾਲੇ ਜੁਗੋ ਜੁਗੇ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਤੇ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਅੱਜ ਆਪਾਂ ਉਹਨਾਂ ਮਹਾਨ ਮਹਾਂਪੁਰਸ਼ਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ ਜਿਨ੍ਹਾਂ ਦੇ ਬਾਬਤ ਗੁਰੂ ਸਾਹਿਬਾਂ ਦੇ ਵਜ਼ੀਰ ਭਾਈ ਸਾਹਿਬ ਜਗਤਾਰ ਸਿੰਘ ਜੀ ਨੇ ਆਪ ਜੀ ਨਾਲ ਸਾਂਝ ਪਾਉਣਾ ਕੀਤਾ ਹੈ ਕਿ ਸੰਤ ਬਾਬਾ ਜਗਤਾਰ ਸਿੰਘ ਜੀ ਜਿਨ੍ਹਾਂ ਨੇ ਇਸ ਅਕਾਲ ਡੇਰੇ ਨੂੰ 1994 ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਵਸਾਉਣਾ ਕੀਤਾ ਹੈ ਤੇ 2004 ਦੇ ਵਿੱਚ ਮਹਾਂਪੁਰਸ਼ ਇਸ ਸੰਸਾਰ ਨੂੰ ਛੱਡ ਕਰਕੇ ਉਸ ਪਰਿਪੂਰਨ ਪਰਮਾਤਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੀਆਂ ਦੇ ਪਾਵਨ ਤੇ ਪਵਿੱਤਰ ਹੁਕਮ ਅਨੁਸਾਰ 5 ਤੱਤਾਂ ਦੇ ਵਿੱਚ ਵਲੀਨ ਹੋਏ। ਗੁਰਮੁਖੋ ਪਿਆਰਿਓ, ਅੱਜ ਉਹਨਾਂ ਮਹਾਂਪੁਰਸ਼ਾਂ ਦੀ 15ਵੀਂ ਬਰਸੀ ਜੋ ਹਰ ਸਾਲ ਸਾਲਾਨਾ ਬਰਸੀ ਆਪਾਂ ਮਨਾਉਂਦੇ ਹਾਂ, ਤੇ ਆਪ ਸਾਰੀਆਂ ਸੰਗਤਾਂ ਬੜੇ ਵੱਡੇ ਭਾਗਾਂ ਵਾਲੇ ਹੋ ਗੁਰਮੁਖੋ ਪਿਆਰਿਓ, ਜੋ ਕਿ ਦੂਰੋਂ ਨੇੜਿਓਂ ਚੱਲ ਕਰਕੇ ਸਤਿਗੁਰ ਦੇ ਪਾਵਨ ਪਿੱਤਰ ਹਜ਼ੂਰੀ ਵਿੱਚ ਪਹੁੰਚ ਕਰਕੇ ਹਾਜ਼ਰੀ ਭਰਨ ਵਾਸਤੇ ਆਏ ਹੋ। ਸੋ ਮੈਂ ਬੇਨਤੀ ਕਰਾਂਗਾ ਰਾਗੀ ਜਥਾ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਬਾਬਾ ਬਗਾਲਾ ਸਾਹਿਬ ਵਾਲੇ, ਉਹ ਆਪ ਸੰਗਤਾਂ ਦੀ ਪਾਵਨ ਤੇ ਪਵਿੱਤਰ ਸੇਵਾ ਦੇ ਵਿੱਚ 12:30 ਵਜੇ ਤੱਕ ਹਾਜ਼ਰੀ ਭਰਨਗੇ। ਪਰਵਾਨ ਗੜੀ ਸਹੀ ਇਹ ਆਏ, ਪਰਵਾਨ ਗੜੀ ਸਹੀ ਇਹ ਆਏ, ਸਫਲ ਸਫਲ ਤੇ ਨਾ ਕੇ ਕਾਮਾ
ख्याल बाने अगे बैठे लुट खाने एरा इना बेत गुरु जेरा दिल दिया जाने लगा दिल बेच करन बचार किन्नू मैं चढ़ावा पांच सौ पैंती सारे हाथ इको जे नुहार किन्नू मैं चढ़ावा पांच सौ अपनी कौम का प्यार सुन करेंगे कौमां झूठियां सलाह कुर्बानियां ते अंख मरे ते कौम है मर जानी उस कौम नू सलाह इतिहास पूजे बिंदा हस के कौम ने अपने गुरु की खातर आप निशावर कर लिता पर जेकर किसी पापी जाम ने इस कौम से वादा किया फिर इस कौम ने जरिया नहीं है भावे बावर हो गए भावे कंदू हो गए भावे गंगू हो गए भावे प्राइम मिनिस्टर इंदिरा गांधी हो गए भावे दुर्घटना नंकारी हो गए भावे मस्सा रंगल हो गए जिस जिसने भी इस कौम को वंध रहा है इस कौम ने मतलब फका रहा है अरे तक इस कौम ने उस बख्शिया नहीं है और टकिए कमता ने वेचा कि जो साथी अंख बगाए असी नहीं जीऊंगा सदना साडे जेल में ठंडे दी तारा सन बख्शी बल सरदारी असी तीस तली तर चलिए सन बख्शी गुर वडियाई असी
ਚਰਨਾਂ ਨਾਲ ਜੁੜ ਲੈਣਾ ਸੇ ਬੇਨਤੀਆਂ ਸੱਚੇ ਪਾਤਸ਼ਾਹ ਚਰਨਾਂ ਵਿੱਚ ਹੋਈਆਂ ਨੇ ਸਤਿਗੁਰ ਕਿਰਪਾ ਕਰਨ ਗੁਰੂ ਦੀ ਰਹਿਮਤ ਵਰਤੇ ਪਿਆਓ ਹੁਣ ਮੈਂ ਆਉਣ ਵਾਲੇ ਜਥੇ ਨੂੰ ਬੇਨਤੀ ਕਰਾਂ ਭਾਈ ਸਾਹਿਬ ਜਗਤਾਰ ਸਿੰਘ ਜੀ ਟਾਈਮ 2:25 ਹੋਏ ਹੈ ਅਤੇ 20 ਮਿੰਟ ਦਾ ਸਮਾਂ ਇਹਨਾਂ ਕੋਲ ਵੀ ਅਤੇ ਸੱਚੇ ਪਾਤਸ਼ਾਹ ਕਿਰਪਾ ਸਦਕਾ ਸਭਾ 'ਤੇ ਜ਼ਿਆਦਾ ਚਾਹੁੰਦੇ ਸਾਂ ਦਿੱਤਾ ਜਾਂਦਾ ਪਰ ਕੁਝ ਕਾਰਨਾਂ ਕਰਕੇ ਸਮੇਂ ਦੀ ਕਟੌਤੀ ਕਰਨੀ ਪੈ ਰਹੀ ਮਾਫ਼ੀ ਚਾਹਾਂਗਾ ਭਾਈ ਸਾਹਿਬ ਜੀ ਕੋਲੋਂ ਅਤੇ ਸਮੇਂ ਦੇ ਵਿੱਚ ਹੀ ਰਹਿ ਕਰਕੇ ਆਪਾਂ ਸਾਹਿਬਾਂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਲੈਣ ਦੀ ਇੰਨੀ ਕੁ ਜ਼ਰੂਰ ਚਿੰਤਾ ਕਰੀਏ ਜੀ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਓ ਗੁਰੂ ਪਿਆਰੀ ਸਾਧ ਸੰਗਤ ਜਿਹੜੀ ਸਭ ਤੋਂ ਪਹਿਲਾਂ ਸਾਡੇ ਕੋਲ ਮਹਾਂਪੁਰਸ਼ ਕਵਿਤਾ ਮੇਰੇ ਕੋਲ ਗਿਆਨੀ ਰਿਸ਼ਪਾਲ ਸਿੰਘ ਦੇ ਕੋਲੋਂ ਸੁਣਿਆ ਕਰਦੇ ਸਨ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਉਹ ਪੁਰਾਣੀ ਕਵਿਤਾ ਪੇਸ਼ ਕਰਨੀ ਹੈ ਆਓ ਸਰਵਣ ਕਰੀਏ ਜੀ ਆਇਆ ਇਸ ਦੁਨੀਆ ਤੇ ਆਇਆ ਇਸ ਦੁਨੀਆ ਤੇ ਬੰਦਿਆ ਨੇਕ ਕਰਮ ਤੂੰ ਕਰ ਲੈ ਛੱਡ ਕੂੜ ਕਿਤਾਬਾਂ ਨੂੰ ਬਾਣੀ ਗੁਰੂ ਨਾਨਕ ਦੀ ਪੜ ਲੈ ਜੋ ਪਰਮਤ ਨੂੰ ਪਾਲੇ ਨੇ ਤੋੜਦੇ ਪਰਮਾ ਦਾ ਘੇਰਾ ਸਭ ਮੋਹਨੀਆਂ ਤੰਦਾਂ ਨੇ ਕਿਸੇ ਨਾ ਸਾਥ ਨਾ ਪਾਉਣਾ ਤੇਰਾ ਸਭ ਮੋਹਨੀਆਂ ਤੰਦਾਂ ਨੇ ਕਿਸੇ ਨਾ ਸਾਥ ਨਾ ਪਾਉਣਾ ਜਗਤ ਛੱਡ ਸਰ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਰੂਹਾਂ ਇਸ ਰੰਗ ਦੀ ਦੁਨੀਆ ਤੇ ਪਾਉਣਾ ਫੇਰ ਦੇਣਾ ਫੇਰਾ ਸਭ ਮੋਹਨੀਆਂ ਤੰਬਾਂ ਨੇ ਕਿਸੇ ਨਾ ਸਾਥ ਨਾ ਪਾਉਣਾ ਤੇਰਾ ਭਾਈ ਸਾਹਿਬ ਕਿਰਪਾਲ ਸਿੰਘ ਜੀ ਕਰਿਆ ਕੇ ਮੰਗ ਢਾਡੀ ਜੱਥਾ ਬੀਬੀਆਂ ਦਾ ਇਹਨਾਂ ਕੋਲ ਸਮਾਂ ਜਿਹੜਾ ਹੈ ਮੈਂ ਪਹਿਲਾਂ ਬੇਨਤੀ ਕਰਾਂ ਕਿ ਸਮੇਂ ਵਿੱਚ ਰਹਿਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ 4 ਵਜੇ ਦੀਵਾਨ ਦੀ ਸਮਾਪਤੀ ਸੀ ਪਰ ਕੁਝ ਮੌਸਮ ਦੀ ਖਰਾਬੀ ਕਰਕੇ ਦੀਵਾਨ ਜਿਹੜਾ ਆਰੰਭਤਾ ਲੇਟ ਹੋਈ ਹੈ ਇਸ ਕਰਕੇ ਆਪ ਸਭ ਨੂੰ ਇੱਕ ਬੇਨਤੀ ਕਰਾਂ ਕਿ ਜੇ 15-20 ਮਿੰਟ 4 ਵਜੇ ਤੋਂ ਉੱਪਰ ਗਿਆ ਸਮਾਂ ਤੇ ਮਾਫ਼ੀ ਦੇ ਦਿਆ ਜੇ ਜ਼ਰੂਰ ਆਪ ਜੀ ਇਸੇ ਤਰ੍ਹਾਂ ਇਕਾਗਰਤਾ ਬਖਸ਼ਿਸ਼ ਕਰਿਓ ਕਿਉਂਕਿ ਸਭ ਕੁਝ ਸੱਚੇ ਪਾਤਸ਼ਾਹ ਆਪ ਸਾਰੀਆਂ ਸੰਗਤਾਂ ਦੇ ਸਿਰ ਤੇ ਮੇਰਾ ਪਿਆਰ ਖਾ ਕਰਕੇ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਆਓ ਜਥੇ ਦੀ ਹਾਜ਼ਰੀ ਨੂੰ ਲਵਾਓ ਤੇ ਆਪਾਂ ਆਪਣੀ ਹਾਜ਼ਰੀ ਨੂੰ ਲਵਾਓ ਗੁਰਮੁਖੋ ਪਿਆਰਿਓ ਸਾਹਿਬਾਂ ਨੂੰ ਚੁਕਾਓ ਸੀਸ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
दर्शन गुरा दे पौने दा चा पाई, दर्शन गुरा दे पौने दा चा पाई। ਚਰਨਾਂ ਵਿੱਚ ਬੇਨਤੀ ਕਰ ਲਈਏ ਜੋ ਮਾਪੁਛ ਕਰਿਆ ਕਰਦੇ ਸੀ। ਧੰਨ ਧੰਨ ਗੁਰੂ ਨਾਨਕ ਦੇਵ, ਧੰਨ ਧੰਨ ਗੁਰੂ ਅਰਜਨ ਦੇਵ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀਓ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀਓ। ਅਸੀਂ ਜਿੰਨੇ ਵੀ ਜੀਵ ਆਏ ਹਾਂ, ਆਪ ਜੀ ਦੀ ਹਜ਼ੂਰੀ ਵਿੱਚ ਆਏ ਹਾਂ, ਆਪ ਜੀ ਦੇ ਅਕਾਲੇ ਦੇ ਵਿੱਚ ਆਏ ਹਾਂ, ਆਪ ਜੀ ਕਿਰਪਾ ਕਰੋ ਦੁੱਧ ਵਾਲੇ ਨੂੰ ਦੁੱਧ ਦੇਣਾ, ਪੁੱਤਰ ਵਾਲੇ ਨੂੰ ਪੁੱਤਰ ਦੇਣਾ, ਰੋਗ ਵਾਲੇ ਦਾ ਰੋਗ ਕੱਟ ਦੇਣਾ, ਨਸ਼ੇ ਵਾਲੇ ਦਾ ਨਸ਼ਾ ਛੁਡਾ ਦੇਣਾ। ਇਹ ਬੇਨਤੀਆਂ ਦਰਗਾਹ ਵਿਖੇ ਪ੍ਰਵਾਨ ਕਰਨੀਆਂ। ਅਸੀਂ ਕਲਯੁਗੀ ਜੀਵ ਹਾਂ, ਖਿਣ ਖਿਣ ਬੋਲਣਹਾਰ ਹਾਂ, ਮਾਫ਼ ਕਰਕੇ ਚਰਨਾਂ ਨਾਲ ਜੋੜ ਲੈਣਾ, ਹੋਈਆਂ ਭੁੱਲਾਂ ਦੀ, ਹੋਈਆਂ ਗਲਤੀਆਂ ਦੀ ਮਾਫ਼ੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਲੰਮੇ ਵਿੱਚੋਂ ਸੋਣਾ ਕਰਕੇ ਵਕਤ ਖਾਇਆ ਏ, ਕੀਤਾ ਅੰਮ੍ਰਿਤ ਛਕਾ ਕੇ ਅੰਮ੍ਰਿਤ ਗਿੱਦਰੋਂ ਸ਼ੇਰ ਬਣਾਇਆ ਏ, ਦੁਸ਼ਮਣ ਦਾ ਦਿਲ ਧੜਕਿਆ ਜਦਨ ਜੀਤ ਨਗਾਰਾ ਬਾਜਿਆ ਏ, ਗੁਰਾਂ ਰੱਖਣ ਲਈ ਕੈਮ ਧਰਮ ਸਿੰਘ ਪੰਥ ਖਾਲਸਾ ਸਾਜਿਆ ਏ। ਸਤਿਗੁਰ ਪਾਤਸ਼ਾਹ ਦੀ ਪਾਵਨ ਬਾਣੀ ਗੱਲ ਕੀਤੀ, ਕਹਿੰਦੇ ਆਮ ਇਨਸਾਨ ਦੁਨੀਆਂ ਤੇ ਜਨਮ ਲੈਂਦਾ ਉਹ ਆਪਣੇ ਲਈ ਜਿਉਂਦਾ ਹੋਵੇਗਾ, ਆਪਣੇ ਪਰਿਵਾਰ ਲਈ ਜਿਉਂਦਾ ਹੋਵੇਗਾ, ਆਪਣੇ ਮਤਲਬ ਤੱਕ ਪਰਿਵਾਰ ਤੱਕ ਸੀਮਤ ਹੁੰਦਾ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਤੇ ਅੰਤ ਨੂੰ ਮਾਲਕ ਦੀ ਰਜ਼ਾ ਦਾ ਜੋ ਸਮਾਂ ਆਉਂਦਾ ਦੁਨੀਆਂ ਤੋਂ ਚਲਾ ਜਾਂਦਾ। ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੱਲ ਕਹਿੰਦੇ, ਕਹਿੰਦੇ ਨਹੀਂ, ਜਿਹੜਾ ਰੱਬ ਦਾ ਪਿਆਰਾ ਹੁੰਦਾ ਹੈ ਉਹ ਦੁਨੀਆਂ ਤੇ ਆਪਣੀ ਮਾਲਕ ਦਾ ਭੇਜਿਆ ਹੋਇਆ ਹੁੰਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਾਵਨ ਬਾਣੀ ਸੁਖਮਨੀ ਸਾਹਿਬ ਦਾ ਜਾਪ ਆਪਾਂ ਕਰਦੇ ਹਾਂ, ਤੇ ਹਜ਼ੂਰ ਨੇ ਇੱਕ ਨਹੀਂ ਤਿੰਨ ਵਾਰ ਐਸੇ ਮਹਾਂਪੁਰਸ਼ ਨੂੰ ਧੰਨ ਆਖਿਆ ਏ। ਹੁਣ ਧੰਨ ਕਹਿਣ ਦਾ ਕਾਰਨ ਵੀ ਹੈ, ਪੜ੍ਹਦੇ ਨਾ ਧੰਨ ਧੰਨ ਧੰਨ, ਜਨ ਆਇਆ, ਜਨ ਕਹਿੰਦੇ ਨੇ ਮਾਲਕ ਦੇ ਦਾਸ ਰੱਬ ਦੇ ਪਿਆਰੇ। ਤੇ ਹਜ਼ੂਰ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਜੇ ਪਾਸੇ ਕਹਿੰਦੇ ਮਨ ਕਰਕੇ ਵੀ ਐਸਾ ਮਹਾਂਪੁਰਸ਼ ਧੰਨ ਏ, ਰੱਬ ਦਾ ਪਿਆਰਾ, ਬਚਨ ਕਰਕੇ ਵੀ ਧੰਨ ਏ ਤੇ ਕਰਮਾਂ ਕਰਕੇ ਵੀ ਧੰਨ ਏ। ਤਿੰਨ ਲਗ ਤਿੰਨ ਵਾਰ ਧੰਨ ਲਗ ਤਾਂ ਕਰਕੇ ਵਰਤਿਆ, ਮਨ ਕਰਕੇ, ਬਚਨ ਕਰਕੇ ਤੇ ਕਰਮਾਂ ਕਰਕੇ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ, ਕਹਿੰਦੇ ਐਸਾ ਰੱਬ ਦਾ ਪਿਆਰਾ ਦੁਨੀਆਂ ਤੇ ਕੇਵਲ ਆਪਣੇ ਲਈ ਨਹੀਂ ਜਿਉਂਦਾ, ਆਮ ਇਨਸਾਨ ਆਪਣੇ ਲਈ ਜਿਉਂਦਾ ਹੋਵੇਗਾ, ਪਰ ਰੱਬ ਦਾ ਪਿਆਰਾ ਮਾਲਕ ਦੇ ਕੋਲੋਂ ਇਹੋ ਜਿਹੀ ਸੇਵਾ ਲੈ ਕੇ ਆਉਂਦਾ, ਦੁਨੀਆਂ ਤੇ ਜਿੰਨੀ ਕੁ ਜ਼ਿੰਦਗੀ ਜਿੰਨਾ ਜੀਵਨ ਬਿਤਾ ਕੇ ਜਾਂਦੇ ਨੇ ਐਸੇ ਮਹਾਂਪੁਰਸ਼ ਦੁਨੀਆਂ ਤੇ, ਉਹ ਕੇਵਲ ਦੁਨੀਆਂ ਦੇ ਲੁਕਾਈ ਤੇ ਖਲਕਤ ਦੇ ਭਲੇ ਲਈ ਜਿਉਂਦੇ ਨੇ। ਅਕਾਲ ਡੇਰੇ ਅੰਦਰ ਆਪ ਸੱਚੀ ਸੰਗਤ ਬੈਠੇ ਜੀ, ਉਹ ਬੈਠੇ ਨੇ ਜਿਨ੍ਹਾਂ ਨੇ ਇਸ ਘਰੋਂ ਇਸ ਦਰੋਂ ਬਖਸ਼ਿਸ਼ਾਂ ਲਈਆਂ, ਕਿਉਂਕਿ ਇਹ ਗੱਲ ਦੁਨੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਸਿੱਖ ਨਹੀਂ, ਦੂਜੇ ਧਰਮਾਂ ਦੇ ਲੋਕ ਇਹ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਸੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਘਰੋਂ ਤੇ ਗੁਰੂ ਨਾਨਕ ਦੇ ਸਿੱਖਾਂ ਦੇ ਘਰੋਂ ਅੱਜ ਤੱਕ ਕੋਈ ਖਾਲੀ ਨਹੀਂ ਗਿਆ। ਇਹ ਗੱਲ ਆਮ ਦੁਨੀਆਂ ਦਾ ਇਤਿਹਾਸ ਕਹਿੰਦਾ ਹੈ ਵੀ ਇਹ ਗੱਲ ਬਾਹਰੀ ਧਰਮ ਦੇ ਅਨਵਤੀ ਧਰਮਾਂ ਦੇ ਲੋਕ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਗੁਰੂ ਨਾਨਕ ਦੇ ਘਰੋਂ
ਤੇ ਗੁਰੂ ਨਾਨਕ ਦੇ ਸਿੱਖ ਦੇ ਘਰੋਂ ਅੱਜ ਤੱਕ ਉਹ ਖਾਲੀ ਨਹੀਂ ਗਈ ਤੇ ਇਹ ਬਖਸ਼ਿਸ਼ਾਂ ਇਸ ਘਰ ਅੰਦਰ ਸਾਕਸ਼ਾਤ ਵਰਤਦੀਆਂ ਸੀ ਵਰਤਦੀਆਂ ਨੇ ਤੇ ਜਿੰਨਾ ਚਿਰ ਰਹਿੰਦੀ ਦੁਨੀਆਂ ਤੱਕ ਮਾਲਕ ਦੀ ਕਿਰਪਾ ਨਾਲ ਇਹ ਬਖਸ਼ਿਸ਼ਾਂ ਇਸ ਘਰ ਅੰਦਰ ਵਰਤਦੀਆਂ ਰਹਿਣ ਇਨਸਾਨ ਦੇ ਭਰੋਸੇ ਤੇ ਅਕੀਦੇ ਤੇ ਗੱਲ ਆਣ ਕੇ ਟਿਕ ਜਾਂਦੀ ਹੈ ਮੇਰੇ ਵਰਗਾ ਕਹਿੰਦਾ ਜਿੰਨਾ ਚਿਰ ਸਰੀਰ ਅੰਦਰ ਸੀ ਮਹਾਂਪੁਰਸ਼ ਓਨਾ ਚਿਰ ਮੇਲਾ ਲੱਗਾ ਰਹਿੰਦਾ ਸੀ ਤੇ ਅੱਜ ਮੇਰੇ ਵਰਗਾ ਇਨਸਾਨ ਇਹ ਗੱਲ ਕਹਿੰਦਾ ਹੁਣ ਮਹਾਂਪੁਰਸ਼ ਹੈ ਨਹੀਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹਜ਼ਾਰਾਂ ਇਨਸਾਨ ਦੁਨੀਆਂ ਤੇ ਰੋਜ਼ਾਨਾ ਜੰਮਦੇ ਤੇ ਹਜ਼ਾਰਾਂ ਚਲੇ ਜਾਂਦੇ ਪਰ ਜਿਹਨੂੰ ਮਾਲਕ ਨੇ ਭੇਜਿਆ ਹੋਇਆ ਹੋਵੇ ਉਹ ਦੁਨੀਆਂ ਤੋਂ ਕਦੇ ਜਾਂਦਾ ਨਹੀਂ ਸਰੀਰਕ ਰੂਪ ਅੰਦਰ ਭਾਵੇਂ ਮੌਜੂਦ ਨੇ ਪਰ ਅੱਜ ਵੀ ਇਸ ਡੇਰੇ ਅੰਦਰ ਮਹਾਂਪੁਰਸ਼ ਸਾਕਸ਼ਾਤ ਵਰਤ ਰਹੇ ਅੱਜ ਬਖਸ਼ਿਸ਼ਾਂ ਅੱਜ ਵੀ ਸਾਕਸ਼ਾਤ ਵਰਤ ਰਹੀਆਂ ਕਿਉਂਕਿ ਉਹਨਾਂ ਨੇ ਹਮੇਸ਼ਾ ਬਾਣੀ ਨਾਲ ਜੋੜਿਆ ਅੰਤ ਵਿੱਚ ਯੁਗੋ ਯੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ ਅਤੇ ਪਵਿੱਤਰ ਇਲਾਹੀ ਬਾਣੀ ਤੋਂ ਹੁਕਮਨਾਮਾ ਸਾਹਿਬ ਸਰਵਣ ਕੀਤਾ ਗਿਆ ਇਸ ਮੌਕੇ ਆਈਆਂ ਸੰਗਤਾਂ ਲਈ ਗੁਰੂ ਘਰ ਦੇ ਲੰਗਰਾਂ ਦਾ ਅਟੁੱਟ ਪ੍ਰਬੰਧ ਸੀ ਜਿਸ ਵਿੱਚ ਸਮੂਹ ਸੇਵਾਦਾਰਾਂ ਨੇ ਆਪਣੀਆਂ ਡਿਊਟੀਆਂ ਨੂੰ ਬਖੂਬੀ ਨਿਭਾਇਆ ਅਤੇ ਸੰਗਤਾਂ ਨੇ ਪੰਗਤਾਂ ਵਿੱਚ ਬੈਠ ਕੇ ਗੁਰੂ ਕੇ ਲੰਗਰ ਗ੍ਰਹਿਣ ਕੀਤੇ ਸੁਖੀ ਬਸੇ ਸੁਖੀ ਬਸੇ।